ਸਾਵੇਂ ਗੁਰਮਤ ਵਿੱਚ ਇਹ ਗੱਲ ਪ੍ਰਚਲਿਤ ਆ ਵੀ ਇਹ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਢਾਡੀਆਂ ਨੂੰ ਸਟੇਜ ਉੱਤੇ ਲਿਆਂਦਾ। ਪਰ ਜਦੋਂ ਅਸੀਂ ਮੁੱਢ ਪੜਤਾਲਣ ਦਾ ਯਤਨ ਕਰਦੇ ਹਾਂ ਤੇ ਇਹਦੀਆਂ ਜੜ੍ਹਾਂ ਸਾਨੂੰ ਰਾਜਪੂਤਾਨੇ ਚ ਮਿਲਦੀਆਂ। ਇਹ ਗਾਇਕੀ ਆ ਜਿਹੜੀ ਇਹ ਬਕਾਇਦਾ ਸਿਖਲਾਈ ਮੰਗਦੀ ਆ, ਰਿਆਜ਼ ਮੰਗਦੀ ਆ। ਸੁਰ ਨੂੰ ਦੇਵਤਾ ਕਹਿੰਦੇ ਨੇ, ਬੇਸੁਰੇ ਨੂੰ ਰਾਖਸ਼ ਕਹਿੰਦੇ ਨੇ, ਜਿੰਨਾ ਦੇਵਤੇ ਤੇ ਰਾਖਸ਼ ਦਾ ਫਰਕ ਆ। ਢਾਡੀ ਕਲਾ ਵਿੱਚੋਂ ਸੁਰੀਲੇ ਬੰਦੇ ਕੌੜੀ ਜੀ ਗੱਲ ਆ, ਇਸ ਕਰਕੇ ਨਿਕਲ ਗਏ। ਮੈਂ ਕਿੰਨੇ ਸਾਰੇ ਬੰਦਿਆਂ ਦਾ ਤੁਹਾਨੂੰ ਨਾਂ ਲੈ ਸਕਦਾ ਜਿਹੜੇ ਮੇਰੇ ਦੇਖਦੇ ਧਾਰਮਿਕ ਆਉਂਦੇ ਸੀ, ਲੇਕਿਨ ਧਾਰਮਿਕ ਨੂੰ ਛੱਡ ਕੇ ਸੱਭਿਆਚਾਰਕ ਵਿੱਚ ਚਲੇ ਗਏ। ਸਾਡੇ ਜਿਹੜੇ ਜ਼ਿੰਮੇਵਾਰ ਜਿਹੜੀਆਂ ਸੰਸਥਾਵਾਂ ਨੇ ਉਹਨਾਂ ਨੇ ਬਿਲਕੁਲ ਢਾਡੀਆਂ ਵੱਲ ਧਿਆਨ ਨਹੀਂ ਦਿੱਤਾ। ਬਜ਼ੁਰਗ ਢਾਡੀ ਜਿਹਨਾਂ ਨੇ ਸਾਰਾ ਜੀਵਨ ਢਾਡੀ ਕਲਾ ਲਈ ਲਾਤਾ, ਉਹ ਰੋਲ ਰੋਲ ਕੇ ਮਰ ਗਏ। ਸਿੱਖਿਆ ਦੇਣ ਵਾਲੀਆਂ ਸੰਸਥਾਵਾਂ ਤਾਂ ਬਣਾਉਂਦੇ ਨਾ ਜੇ ਉਹਨਾਂ ਨੂੰ ਇਸ ਗੱਲ ਦਾ ਪਤਾ ਹੁੰਦਾ ਵੀ ਇਹਦਾ ਮੁੱਲ ਕੀ ਆ। ਹੁਣ ਪ੍ਰਚਾਰ ਦੀ ਅਹਿਮੀਅਤ ਦਾ ਪਤਾ ਲੱਗਿਆ ਵੀ ਪ੍ਰਚਾਰ ਕੀ ਆ, ਲੇਕਿਨ ਹੁਣ ਵੇਲਾ ਬੀਤ ਗਿਆ। ਮੋਟੀ ਗੱਲ ਤੁਹਾਡੇ ਚੈਨਲ ਰਾਹੀਂ ਕਹਿਣ ਲੱਗਿਆ, ਸਾਡਾ ਮੇਰਾ ਮੈਂ ਵੀ ਉਹਦੇ ਵਿੱਚ ਸ਼ਾਮਿਲ ਹਾਂ, ਦੋਸ਼ੀ ਹਾਂ। ਸਾਡਾ ਰੁਝਾਨ ਆ ਪੈਸਾ ਕਮਾਉਣਾ। ਢਾਡੀ ਕਲਾ ਬਹੁਤ ਹੀ ਪ੍ਰਾਚੀਨ ਕਲਾ ਏ, ਜਿਸ ਦਾ ਥਾਂ ਪਤਾ ਲਗਾਉਣਾ ਕੋਈ ਸੌਖਾ ਕੰਮ ਨਹੀਂ। ਸੱਥਾਂ ਤੇ ਮੇਲਿਆਂ ਦਾ ਸ਼ਿੰਗਾਰ ਹੀ ਇਸ ਕਲਾ ਨੂੰ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਸੱਥਾਂ ਤੇ ਮੇਲਿਆਂ ਚੋਂ ਕੱਢ ਕੇ ਗੁਰਮਤ ਸੰਗੀਤ ਦਾ ਸ਼ਿੰਗਾਰ ਬਣਾਇਆ ਤੇ ਮਿਥਿਹਾਸਕ ਕਹਾਣੀਆਂ ਦੀ ਬਜਾਏ ਸੂਰਬੀਰ ਯੋਧਿਆਂ ਦੇ ਅੰਦਰ ਰੂਹਾਨੀਅਤ ਤੇ ਮਰਦਾਨਗੀ ਦਾ ਜੋਸ਼ ਭਰਨ ਦੇ ਲਈ ਵਰਤਿਆ। ਇਸ ਕਲਾ ਦੀਆਂ ਆਪਣੀਆਂ ਪਰੰਪਰਾਵਾਂ ਤੇ ਵਿਧਾ ਹਨ, ਜਿਸ ਤੇ ਅੱਜ ਅਸੀਂ ਵਿਚਾਰ ਚਰਚਾ ਕਰਾਂਗੇ। ਢਾਡੀ ਕਲਾ ਬਹੁਤ ਹੀ ਪੁਰਾਤਨ ਕਲਾ ਏ। ਮਹਾਨ ਕੋਸ਼ ਅਨੁਸਾਰ ਢਾਡੀ ਭਾਵ ਢੱਡ ਵਜਾ ਕੇ ਯੋਧਿਆਂ ਦੀਆਂ ਵਾਰਾਂ ਗਾਉਣ ਵਾਲਾ। ਢਾਡੀ ਲਫ਼ਜ਼ ਨਿਮਰਤਾ ਦਾ ਵੀ ਪ੍ਰਤੀਕ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਹੈ, ਹਾਂ ਢਾਡੀ ਹਰ ਪ੍ਰਭ ਖਸਮ ਕਾ। ਆਮ ਤੌਰ 'ਤੇ ਅਸੀਂ ਇਸ ਵਿਚਾਰ ਦੇ ਧਾਰਨੀ ਹਾਂ ਕਿ ਢਾਡੀ ਪਰੰਪਰਾ ਦੀ ਸ਼ੁਰੂਆਤ ਛੇਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਸਮੇਂ ਤੋਂ ਹੁੰਦੀ ਹੈ, ਪਰ ਸੱਚਾਈ ਇਹ ਹੈ ਕਿ ਇਹ ਪਰੰਪਰਾ ਬਹੁਤ ਹੀ ਪੁਰਾਤਨ ਅਤੇ ਇਸ ਦਾ ਇਤਿਹਾਸ ਵੀ ਬਹੁਤ ਲੰਬੇ ਰਾਹ ਏ। ਢਾਡੀ ਸ਼ਬਦ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਤੋਂ ਪਹਿਲਾਂ ਵਰਤਿਆ ਜਾ ਚੁੱਕਾ। ਜਦੋਂ ਅਸੀਂ ਸ਼੍ਰੀ ਰਾਗ ਦੇ ਵਿੱਚ ਮਹੱਲਾ ਚੌਥਾ ਦੇਖਦੇ ਹਾਂ, ਉਹਦੇ ਵਿੱਚ ਇਹ ਸ਼ਬਦ ਲਿਖੇ ਮਿਲਦੇ ਨੇ, ਹਉ ਢਾਡੀ ਹਰ ਪ੍ਰਭ ਖਸਮ ਕਾ ਹਰ ਕੈ ਡਰ ਆਇਆ। ਹੋਰ ਵੀ ਕਈ ਸਾਰੇ ਸ਼ਬਦ ਨੇ, ਇਹਦਾ ਮਤਲਬ ਸਪੱਸ਼ਟ ਹੋ ਗਿਆ ਕਿ ਢਾਡੀ ਸ਼ਬਦ ਗੁਰਮਤਿ ਵਿੱਚ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਤੋਂ ਪਹਿਲਾਂ ਪ੍ਰਵੇਸ਼ ਕਰ ਚੁੱਕਿਆ। ਲੇਕਿਨ ਉੱਥੇ ਢਾਡੀ ਦੇ ਜਿਹੜੇ ਅਰਥ ਨੇ ਉਹ ਢਾਡੀ ਦੇ ਅਰਥ ਹਨ ਵੀ ਉਸ ਪਰਿਪੂਰਨ ਪਰਮਾਤਮਾ ਦੀ ਸਿਫਤ ਤੋਂ ਸਲਾਹ ਕਰਨ ਵਾਲਾ, ਪ੍ਰਭੂ ਦੇ ਗੁਣ ਗਾਉਣ ਵਾਲਾ, ਉਹਨੂੰ ਢਾਡੀ ਕਿਹਾ ਗਿਆ। ਲੇਕਿਨ ਛੇਵੇਂ ਪਾਤਸ਼ਾਹ ਜਦੋਂ ਸਿੱਖ ਧਰਮ ਵਿੱਚ ਇੱਕ ਬਹੁਤ ਵੱਡਾ ਮੋੜ ਆਉਂਦਾ, ਗੁਰੂ ਅਰਜਨ ਦੇਵ ਮਹਾਰਾਜ ਦੀ ਸ਼ਹਾਦਤ ਤੋਂ ਬਾਅਦ ਸ਼ਾਂਤਮਈ ਦੇ ਨਾਲ ਨਾਲ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸਿੱਖਾਂ ਦੇ ਵਿੱਚ ਵੀਰ ਰਸ ਭਰਦੇ ਨੇ, ਮੀਰੀ ਅਤੇ ਪੀਰੀ ਦੀਆਂ ਦੋ ਤੇਗਾਂ ਪਹਿਨ ਕੇ ਜਦੋਂ ਤਖ਼ਤ 'ਤੇ ਬੈਠਦੇ ਨੇ, ਅਤੇ 1665 ਬਿਕਰਮੀ ਦੇ ਵਿੱਚ ਫਿਰ ਉਹ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਸਿਰਜਣਾ ਕਰਦੇ ਨੇ। ਸ਼੍ਰੀ ਹਰਿਮੰਦਰ ਸਾਹਿਬ ਦੇ ਸਾਹਮਣੇ ਜਦੋਂ ਸ਼੍ਰੀ ਅਕਾਲ ਤਖ਼ਤ ਸਾਹਿਬ ਸਿਰਜਿਆ ਜਾਂਦਾ ਅਤੇ ਉੱਥੇ ਹੀ ਫਿਰ ਢਾਡੀ ਵਾਰਾਂ ਗਾਇਨ ਕਰਨ ਵਾਸਤੇ ਸੁਰ ਸਿੰਘ ਨਗਰ ਤੋਂ ਭਾਈ ਨੱਥਾ ਅਤੇ ਅਬਦੁੱਲਾ ਨੂੰ ਬੁਲਾਇਆ ਜਾਂਦਾ। ਜਿਹੜੇ ਪਿਛੋਕੜ ਦੀ ਗੱਲ ਮੈਂ ਜਿਹੜੀ ਰਾਜਪੂਤਾਨੇ ਨਾਲ ਜੋੜ ਕੇ ਗੱਲ ਆਖੀ ਸੀ, ਅਸਲ 'ਚ ਜਦੋਂ ਵੀ ਸਮਾਜ ਵਿੱਚ ਵਾਧਾ ਹੋਣਾ ਸ਼ੁਰੂ ਹੋਇਆ ਅਤੇ ਉਹਦੇ ਵਿੱਚ ਫਿਰ ਆਪਣੀ ਆਪਣੀ ਮਾਲਕੀ ਦਾ ਹੱਕ ਉੱਭਰਨਾ ਸ਼ੁਰੂ ਹੋ ਗਿਆ, ਦੋ ਧੜਿਆਂ ਵਿੱਚ ਲੜਾਈ ਹੋਣੀ ਸ਼ੁਰੂ ਹੋ ਗਈ। ਉਹ ਫਿਰ ਇੱਕ ਧੜੇ ਦੇ ਨਾਲ ਜਿਹੜੇ ਲੋਕ ਜੁੜੇ ਹੁੰਦੇ ਸੀ, ਉਹਦੇ ਜੇ ਕਬੀਲੇ ਦੇ ਲੋਕ ਸੀ, ਉਹ ਆਪਣੇ ਜੇਤੂਆਂ ਦੀਆਂ ਗੱਲਾਂ ਕਰਦੇ ਹੁੰਦੇ ਸੀ ਅਤੇ ਹੌਲੀ ਹੌਲੀ ਰਾਜ ਬਣੇ ਰਾਜਪੂਤਾਨੇ ਦੇ ਵਿੱਚ। ਅਤੇ ਰਾਜਪੂਤਾਨੇ ਵਿੱਚੋਂ ਜਦੋਂ ਅਸੀਂ ਢਾਡੀ ਕਲਾ ਦੇ ਪੁਰਾਤਨ ਇਤਿਹਾਸ ਵੱਲ ਬਹੁਤ ਬਰੀਕੀ ਨਾਲ ਵੇਖਦੇ ਹਾਂ ਤਾਂ ਘੜਕਾ ਸ਼ਬਦ ਤੋਂ ਬਦਲ ਕੇ ਇਹ ਸ਼ਬਦ ਢਾਡੀ ਬਣੇ। ਇਹਨੂੰ ਅਸੀਂ ਭੱਟ ਗਾਇਕੀ ਨਾਲ ਜੋੜ ਕੇ ਵੀ ਵੇਖਦੇ ਹਾਂ। ਭੱਟ ਗਾਇਕੀ ਮੈਂ ਆਪਣੇ ਜੀਵਨ ਦੇ ਮੁੱਢਲੇ ਸਾਲਾਂ ਵਿੱਚ ਸੁਣੀ ਆ ਅਤੇ ਰਾਜਪੂਤਾਨੇ ਵਿੱਚ ਵੀ ਭੱਟ ਸੀ, ਜਿਹੜੇ ਰਾਜੇ ਸੀ, ਛੋਟੇ ਛੋਟੇ ਰਾਜ ਹੁੰਦੇ ਸੀ, ਉਹ ਰਾਜਿਆਂ ਦੇ ਵਿੱਚ ਜਦੋਂ ਉਹ ਲੜਾਈ ਲੜਨ ਵਾਸਤੇ ਜਾਂਦੇ ਸੀ, ਉਹਨਾਂ ਆਪਣੇ ਦਰਬਾਰ ਵਿੱਚ ਇਹ ਭੱਟ ਰੱਖੇ ਹੁੰਦੇ ਸੀ। ਉਹ ਕੀ ਕਰਦੇ ਸੀ ਵੀ ਜਦੋਂ ਉਹਨਾਂ ਦਾ ਰਾਜਾ ਲੜਨ ਵਾਸਤੇ ਗਿਆ
चाहे वह मालकी के हकों वास्ते अणख गैरत इज्जत वास्ते परोपकार वास्ते किसी का भला करने वास्ते गया। जी वो जंग बाई चांस हार जाता उन्हों का राजा उन्हों का मालिक जिदे को बकायदा मुलाजम होंगे जो खाण में परिवार की परवरिश वास्ते को मिलता सी जो राजा हार जाता सी फिर वो जे भट्ट से जिन्होंने घड़का कहा जाता फिर वो अपने राजे नूं ताने दिंदे सी भी तेरा दादा एडा दलेर सी तेरियां रगां विचों दादे का खून आ तेरियां रगां विचों बाप का खून आ तुसी कदे हारना नहीं सिख्या फिर वो ताने सुन के उहदे अंदरली जिहड़ी वीरता गैरत सी वो फिर प्रचंड हुंदी सी फिर वो जंग विच जांदा सी। गुरु हरगोबिंद साहब ने जदों इस कला नूं गुरमत संगीत का शिंगार बनाया तो इस कला च कई तब्दीलियां भी आईयां क्योंकि गुरु पातशाह ने इस कला नूं नवा रूप जो दिता सी। उदों जदों असीं पुरातन ढाडी कला वल पढ़दे हां तो दो ढाडियां का जिक्र सानूं मिलदा नत्था ते अब्दुल्ला दा उदों ढाडियां की गिणती दो सी। दसवें पातशाह के जीवन काल में आके मीर मुश्की ते शबीला उदों भी ढाडियां की गिणती दो ही रहिंदियां एक सरंगे वाला क्योंकि उदों तंती साज हुंदे सी ज्यादा जिहड़े घड़के वाली आपां गल करके आए हां वह भी तंती साज वजाउंदे सी आ जिहड़े हुण इलैक्ट्रॉनिक साज आए ने जां हारमोनियम वगैरह ये तो बहुत बाद दीआं गल्लां ने संगीत विच जां गुरमत संगीत विच जां गुरमत दी कीर्तन प्रणाली विच सारे तंती साज ही सी। वह जिहड़े भट्ट गाउंदे सी उहनां कोल भी किसे कोल सरंदा सी किसे कोल रबाब सी ते फिर हौली हौली सरंगी आ जिहड़ी उह ढाडी कला नाल पक्के तौर ते उधर तंती साज नाल मृदंग वजदा सी ढोलक का जिहड़ा बदलवा रूप आ इधर साढ़े गुरमत विच आ के इह सरंगी दे नाल ढड्डां आ गईआं ते उह जिहड़ी तुसीं गल करदे हो मतलब उहदे च आ के हकीकत इह आ वी उहदा रूप बदलना क्योंकि समें दे नाल नाल बहुत सारे बदलाव आउंदे आउंदे ने हर कला विच आउंदे ने उहनां दे गायन करन दे ढंग विच आउंदे ने उहनां दी लिखत विच आउंदे ने क्योंकि जिहो जी लिखत उहनूं उस तरीके नाल गाया जाऊगा क्योंकि ढाडी कला दे विच असीं केवल इहनूं वीर रस नाल जोड़ के भावें छेवें पातशाह दे जीवन काल तों देखिआ लेकिन इहदे विच करणा रस वी आ जदों किसी नूं तसीहे दे के शहीद किया जाता उत्थे करणा रस विच ढाडी वारां गाउंदे ने किते शिंगार रस आ जदों किसी दे मतलब विआह दे उत्ते जां उस तरह दे गल गाउणे ने जिहड़े साडे लोक किस्से ढाडियां नूं असीं देखदे हां जिहड़े हीर रांझा जां मिर्जा साहिबां इत्यादि असीं पढ़दे हां उहदे विच शिंगार रस आ उह जिहड़ी प्यार दी कहानी आ उहदे विच है उह वी ढाडी पुरातन इहदे दोनों ही बिंग बन के आउणगे फिर इक आ जिहड़ा जिहनूं असीं साहित्यक पक्ष जां सभ्याचारक पक्ष समाजिक पक्ष लै लिया हुण जिहड़ा गुरमत दा ढाडी पक्ष आ उह केवल मैं जिहड़ी गल करदा मैं गुरमत दे ही ढाडियां मैं इहनूं ही तरजीह दिंदा ते इहदे विच बदलाव ने जिहड़े फिर आ जिहड़ी 20वीं सदी दे मुढ़े च कह लो जदों श्रोमणी कमेटी बनदी आ ये होंद विच आउंदी आ गुरद्वारा सुधार लहर चलदी आ ते उहदे विच आ के फिर ढाडियां दी गिणती आ जिहड़ी उह दो तों तिन नोट कीती गई फिर जदों अकाली मोर्चे लगते ने अंग्रेज़ों नूं अपने देश विचों कढ़न की गल चलती आ फिर उदों ढाडी चार एक उन्हां दा प्रचारक एक सरंगी वाला बंदा ते दो ढाडी इस तरीके नाल ये ढाडी कला का जिहड़ा विकास अज तक हुंदा है। ढाडी जथे च ढड ते सारंगी तो बिना जथे की कल्पना भी नहीं की जा सकती ढड ते सारंगी नूं तैयार करन दा ढंग भी बड़ा रौचक है। ਜਦੋਂ ਅਸੀਂ ਢੱਡ ਢੱਡ ਦੀ ਗੱਲ ਕਰਦੇ ਹਾਂ ਨਾ ਇਹਨੂੰ ਅਸੀਂ ਜਾ ਕੇ ਪੁਰਾਤਨ ਬੰਦੇ ਤਾਂ ਇਹਨੂੰ ਸ਼ਿਵਜੀ ਨਾਲ ਜੋੜ ਦਿੰਦੇ ਨੇ ਡਮਰੂ ਨਾਲ ਜੋੜ ਦਿੰਦੇ ਨੇ ਪਰ ਉਹਦੇ ਬਾਰੇ ਬੇਸਿਕਲੀ ਸਾਡੇ ਕੋਲ ਬਹੁਤੀ ਕੋਈ ਨੌਲੇਜ ਨਹੀਂ ਲੇਕਿਨ ਇਹ ਸਾਜ਼ ਆ ਜਿਹੜਾ ਇਹ ਤੁਣ ਦੀ ਲੱਕੜ ਦਾ ਜਿਹੜਾ ਇਹਦਾ ਖੋਲ ਹੁੰਦਾ ਤੁਣ ਦੀ ਲੱਕੜ ਦਾ ਬਣਾਇਆ ਜਾਂਦਾ ਇਹ ਸਾਜ਼ ਵਿੱਚੋਂ ਸਾਰਾ ਗ੍ਰਾਮ ਅਤੇ ਪੰਚਮ ਤੱਕ ਸੁਰਾਂ ਲਾਉਣੀਆਂ ਉਹਦੇ ਲਈ ਤੁਹਾਨੂੰ ਜਿਹੜੀ ਖੱਲ ਨਾਲੇ ਮੜਿਆ ਜਾਂਦਾ ਉਹ ਆਮ ਤੌਰ 'ਤੇ ਜਿਹੜੇ ਬੱਕਰੇ ਤੋਂ ਛੋਟਾ ਜਾਣੀ ਮਤਲਬ ਹੁੰਦਾ ਜਿਹਨੂੰ ਅਸੀਂ ਛੇਲਾ ਕਹਿ ਦਿੰਦੇ ਹਾਂ ਕਿਉਂਕਿ ਜਿੰਨੀ ਉਹਦੀ ਖੱਲ ਕਰੜੀ ਹੁੰਦੀ ਜਾਊਗੀ ਉਹਦੇ ਵਿੱਚ ਉਹਦੀ ਬਰੀਕ ਸੁਰ ਅਤੇ ਗ੍ਰਾਮ ਨਹੀਂ ਲੱਭਦਾ ਮੋਟੀ ਖੱਲ ਦੇ ਵਿੱਚੋਂ ਨਹੀਂ ਵੱਜਦੀ ਉਹ ਕਹਿੰਦੇ ਸੀ ਵੀ ਇਹ ਛੇਲੇ ਦੀ ਮਤਲਬ ਉਹਦੇ ਨਾਲੇ ਉਹਦੀ ਖੱਲ ਨਾਲੇ ਮੜਿਆ ਜਾਂਦਾ ਬਣਾਇਆ ਜਾਂਦਾ ਅਤੇ ਲੱਕੜੇ ਨੂੰ ਉਦੋਂ ਲੱਗਦੀ ਸੀ ਤੁਣ ਦੀ ਤੁਣ ਅੱਜ ਹੁਣ ਤੁਹਾਨੂੰ ਬਹੁਤ ਘੱਟ ਮਿਲਦਾ ਤੁਣ ਦਾ ਸਾਜ਼ ਜਿਹੜੀ ਸਰੰਗੀ ਆ ਇਹਨੂੰ ਵੀ ਜਿਹੜੀ ਤੁਣ ਦੀ ਸਰੰਗੀ ਆ ਉਹਨੂੰ ਸਭ ਤੋਂ ਜ਼ਿਆਦਾ ਗੁਣਮਾਨ ਮੰਨਿਆ ਗਿਆ ਵੀ ਉਹ ਸਰੰਗੀ ਦਾ ਬੱਜ ਆ ਜਿਹੜਾ ਉਹ ਬਹੁਤ ਕਮਾਲ ਦਾ ਦੂਜੀ ਗੱਲ ਕੇਵਲ ਲੱਕੜ ਨਹੀਂ ਫਿਰ ਉਹਨੂੰ ਜਿਹੜਾ ਉਹਨੂੰ ਉਹ ਸਰੂਪ ਦੇਣ ਵਾਲਾ ਬੰਦਾ ਬਣਾਉਣ ਵਾਲਾ ਬੰਦਾ ਉਹਨੂੰ ਉਹਦੀਆਂ ਬਰੀਕੀਆਂ ਦਾ ਹੌਲੀ ਹੌਲੀ ਪਤਾ ਲੱਗਣ ਲੱਗ ਜਾਂਦਾ ਵੀ ਇਹਦੇ 'ਚ ਮੈਂ ਆਹ ਗੱਲ ਕੀਤੀ ਅਤੇ ਇਹਦਾ ਸੁਰ ਉਨਾ ਵਧੀਆ ਨਹੀਂ ਲੱਗਦਾ। ਪੰਜਾਬ ਦੀ ਅਮੀਰ ਵਿਰਾਸਤ ਢਾਡੀ ਕਲਾ ਦੇ ਵਿੱਚ ਸਮੇਂ ਦੇ ਨਾਲ ਕਈ ਤਬਦੀਲੀਆਂ ਆਈਆਂ ਅਤੇ ਅੱਜ ਦੇ ਅਰਬਨ ਸੰਗੀਤ ਨੇ ਵੀ ਇਸ 'ਤੇ ਗਹਿਰਾ ਪ੍ਰਭਾਵ ਪਾਇਆ। ਪਿਛਲੇ
पिछले कुछ कु दहाकों दौरान इस अमीर विरासत ते मॉडर्न संगीत का भी बहुत प्रभाव पिया। फिल्मी संगीत दियां तर्जां ने इस कला नूं अपने असल राह तों कोहां दूर कर दिता। गल तां इह चलदी आ वी ढाडी तर्जां गाउंदे ने, मैं कहिंदा वी ढाडियां दियां तर्जां उहनां लोकां ने गाईआं ने। किन्नियां सारियां गल्लां हुण कलियां दे संबंध विच कुलदीप माणकी जी का जिक्र होंदा, समर्थ गायक, इहदे च कोई दो रावां नहीं, उहनां नूं कलियां दे बादशाह भी कहा गया। जे बरीकी नाल देखोगे उहनां ने कलियां बहुत थोड़ियां गाईआं, जिन्हों कली कली क्योंकि एक साहित्यक रंग आ, एक छंद का नाँ है कली, जिमें कविता बैंत आ, इस तरीके दोतारा छंद असी कहने, छंद किन्ने ने डोली छंद आ, तो उन्होंने छंदा विचों एक कली भी एक छंद आ। लेकिन माणक साहब ने कलियां थोड़ियां जिहा गाईआं जिन्हों असी कली कहने। उदों पहलां कलियां तां सरदार हजूरा सिंह ने लिखिया, बड़ियां गाईया जा चुकिया ने, उन्होंने रिकॉर्ड हो चुकिया ने कलियां। लेकिन वो साढ़े वाली गाईया हुई उस तरज उत्ते जो उन्होंने गाता, क्योंकि मीडिया का युग से ढाडिया ने रिकॉर्डिंग नहीं कराइया, वो पापूलर हो गए। ढाडी कला तो बहुत सारा संगीत आ जोड़ा वो वर्तमान गायकी में आया, ये कोई दौरा नहीं। ढाडी कला च संगीतक पक्ष के नाल नाल शब्दों की भी विशेष अहमियत है। जेकर बुलारे के शब्द हल्के हैं ਤਾਂ ਸਰੋਤੇ ਤੇ ਬਹੁਤਾ ਅਸਰ ਨਹੀਂ ਕਰਨਗੇ। ਤੁਸੀਂ ਦੂਜੇ ਗੀਤਾਂ ਵਿੱਚ ਦੇਖ ਲਓ ਜਾਂ ਢਾਡੀ ਕਲਾ ਵਿੱਚ ਜਿਹਨਾਂ ਨੇ ਬਹੁਤ ਜ਼ਿਆਦਾ ਲਿਖਿਆ ਉਹਨਾਂ ਨੂੰ ਉਨਾ ਮਾਣ ਨਹੀਂ ਮਿਲਿਆ। ਗਾਉਣ ਵਾਲੇ ਉਹਨਾਂ ਦੀਆਂ ਵਾਰਾਂ ਗਾ ਕੇ ਬਹੁਤ ਸਾਰਾ ਬਹੁਤ ਕੁਝ ਖੱਟ ਗਏ, ਬਹੁਤ ਕੁਝ ਕਮਾ ਗਏ। ਲੇਕਿਨ ਬੇਸ ਆ ਜਿਹੜਾ ਉਹ ਤੁਹਾਡੀ ਲਿਖਤ ਆ, ਜਿਹੜਾ ਲਿਖਣ ਵਾਲਾ ਬੰਦਾ ਉਹ ਕਿੰਨੀ ਡੂੰਘਾਈ ਨਾਲ ਲਿਖਦਾ, ਉਹਦੇ 'ਤੇ ਗੁਰਮਤ ਦਾ ਕਿੰਨਾ ਅਸਰ ਆ, ਉਹਦਾ ਜੀਵਨ ਗੁਰਮਤ ਦੇ ਕਿੰਨਾ ਨੇੜੇ ਆ। ਉਹ ਜਦੋਂ ਚੀਜ਼ਾਂ ਲਿਖਦਾ ਫਿਰ ਦੂਜੀ ਗੱਲ ਗਾਉਣ ਦੇ ਵਿੱਚ ਜਿਹੜੀ ਅਸਲ ਚੀਜ਼ ਆ ਉਹ ਆ ਤੁਹਾਡੀ ਮਿੱਠੀ ਸੁਰ। ਸ਼ਬਦ ਜਿੰਨੇ ਮਰਜ਼ੀ ਵਧੀਆ ਹੋਣ, ਜੇ ਤੁਸੀਂ ਗਾਉਂਦੇ ਗਾਉਂਦੇ ਬੇਸੁਰੇ ਹੋ ਗਏ ਤਾਂ ਉਹ ਗੱਲ ਉਹਨਾਂ ਪ੍ਰਭਾਵ ਨਹੀਂ ਪਾਊਗੀ, ਕਿਉਂਕਿ ਗਾਉਣ ਦਾ ਸੰਬੰਧ ਸੁਰ ਨਾਲ ਆ, ਸੁਰੀਲੇ ਬੰਦਿਆਂ ਦਾ ਹੋਣਾ। ਢਾਡੀ ਕਲਾ ਵਿੱਚੋਂ ਸੁਰੀਲੇ ਬੰਦੇ ਕੌੜੀ ਜੀ ਗੱਲ ਆ, ਇਸ ਕਰਕੇ ਨਿਕਲ ਗਏ। ਮੈਂ ਕਿੰਨੇ ਸਾਰੇ ਬੰਦਿਆਂ ਦਾ ਤੁਹਾਨੂੰ ਨਾਂ ਲੈ ਸਕਦਾ ਜਿਹੜੇ ਮੇਰੇ ਦੇਖਦੇ ਦੇਖਦੇ ਧਾਰਮਿਕ ਗਾਉਂਦੇ ਸੀ, ਲੇਕਿਨ ਧਾਰਮਿਕ ਨੂੰ ਛੱਡ ਕੇ ਉਹ ਸੱਭਿਆਚਾਰਕ ਵਿੱਚ ਚਲੇ ਗਏ, ਸੱਭਿਆਚਾਰ ਵਿੱਚ ਚਲੇ ਗਏ, ਉਹਨਾਂ ਨੂੰ ਲੱਗਿਆ ਵੀ ਉੱਧਰ ਕਮਾਈ ਜ਼ਿਆਦੇ ਆ। ਢਾਡੀ ਪਰੰਪਰਾ ਦੇ ਵਿੱਚੋਂ ਪੰਜਾਬ ਦੇ ਕਈ ਨਾਮਵਰ ਗਾਇਕ ਵੀ ਨਿਕਲੇ ਜੋ ਕਿਸੇ ਸਮੇਂ ਬੀਰ ਰਸ ਵਾਰਾਂ ਗਾਇਆ ਕਰਦੇ ਸਨ। ਅਸਲ ਸਿਧਾਂਤ ਤੋਂ ਥਿੜਕ ਵੀ ਜਾਂਦਾ, ਉਹਨੂੰ ਲੱਗਦਾ ਵੀ ਸ਼ਾਇਦ ਉਹ ਇੰਨੇ ਜਿਹੜੇ ਜਿੱਥੇ ਆ ਤੁਸੀਂ ਨਾਂ ਲਏ, ਸਰਦੂਲ ਸਿਕੰਦਰ ਜੀ ਦਾ, ਦੁਰਗਾ ਰੰਗੀਲਾ ਜੀ ਦਾ, ਨਛੱਤਰ ਗਿੱਲ ਦਾ, ਹਰਭਜਨ ਮਾਨ ਦਾ ਨਾਂ ਲਏ, ਹੋਰ ਬੜੇ ਨਾਂ ਨੇ ਐਸੇ ਜਿਹੜੇ ਮਤਲਬ ਬੜੇ ਪਰਫੈਕਟ ਅਤੇ ਧਾਰਮਿਕ ਪੱਖ ਤੋਂ ਬੜੇ ਉਹਨਾਂ ਦਾ ਨਾਂ ਸੀ ਧਾਰਮਿਕ ਖੇਤਰ ਵਿੱਚ ਬਣਿਆ ਹੋਇਆ। ਲੇਕਿਨ ਉਹ ਕਿਉਂ ਛੱਡ ਗਏ? ਇਹਦਾ ਕਾਰਨ ਸੀ ਵੀ ਉਹਨਾਂ ਦਾ ਖੇਤਰ ਆ ਜਿਹੜਾ ਬਹੁਤ ਵਿਸ਼ਾਲ ਆ, ਧਾਰਮਿਕ ਖੇਤਰ ਦੇ ਵਿੱਚ ਕੁਝ ਹੱਦਾਂ ਨੇ, ਤੁਹਾਨੂੰ ਆਪਣੇ ਜੀਵਨ ਨੂੰ ਵੀ ਬਹੁਤ ਸੰਕੋਚ ਕੇ ਚੱਲਣਾ ਪੈਂਦਾ। ਤੁਸੀਂ ਇੱਥੋਂ ਤੱਕ ਵੀ ਤੁਸੀਂ ਕਈ ਵਾਰੀ ਹੱਸ ਵੀ ਨਹੀਂ ਸਕਦੇ, ਜੇ ਕਿਸੇ ਸਿੱਖ ਨੂੰ ਕੋਈ ਹੱਸਦਾ ਦੇਵੇ ਲੋਕ ਕਹਿੰਦਾ ਕਿਵੇਂ ਦੰਦ ਕੱਢਣ ਲੱਗਿਆ। ਤੁਹਾਡੇ ਪਰਿਵਾਰ ਦੀਆਂ ਬੜੀਆਂ ਪਾਬੰਦੀਆਂ ਤੁਹਾਡੇ ਪਰਿਵਾਰਾਂ 'ਤੇ ਲਾ ਦਿੱਤੀਆਂ ਜਾਂਦੀਆਂ ਨੇ। ਢਾਡੀ ਕਲਾ ਦਾ ਵਿਕਾਸ ਇਸੇ ਕਰ ਦੇ ਉੱਤੇ ਡਿਪੈਂਡ ਕਰਦਾ ਵੀ ਕਿਉਂਕਿ ਜਿਹੋ ਜਿਹੇ ਸਰੋਤੇ ਨੇ। ਪੰਥ ਪ੍ਰਸਿੱਧ ਢਾਡੀ ਗਿਆਨੀ ਤਰਲੋਚਨ ਸਿੰਘ ਭੁਮੱਦੀ ਦਾ ਕਹਿਣਾ ਹੈ ਕਿ ਇਹ ਕਲਾ ਬਹੁਤ ਹੀ ਸਿਖਲਾਈ ਅਤੇ ਰਿਆਜ਼ ਮੰਗਦੀ ਹੈ। ਸਿੱਖ ਧਰਮ ਦੇ ਪ੍ਰਚਾਰ ਖੇਤਰ ਦਾ ਇਹ ਬਹੁਤ ਕਮਜ਼ੋਰ ਪੱਖ ਆ ਵੀ ਇਹਦੇ ਵਿੱਚ ਬਹੁਤੀ ਵਾਰੀ ਗਰੀਬ ਬੰਦੇ ਪ੍ਰਚਾਰ ਖੇਤਰ ਵਿੱਚ ਆਏ, ਗਰੀਬ, ਉਹਨਾਂ ਨੂੰ ਨਹੀਂ ਕੰਮ ਮਿਲਿਆ ਉਹ ਕਹਿੰਦੇ ਚਲੋ ਯਾਰ ਰੌਲ ਲਾ ਲਓ, ਉਹਨਾਂ ਨੂੰ ਨਹੀਂ ਕੰਮ ਮਿਲਿਆ ਉਹ ਕਹਿੰਦੇ ਚਲੋ ਯਾਰ ਸ਼ਬਦ ਪੜ੍ਹ ਦਿਉ। ਜਦੋਂ ਸ਼ਬਦ ਪੜ੍ਹਨ ਲੱਗਦੇ ਨੇ ਕੋਈ ਬੰਦੇ ਉਹਨੂੰ ਮਾਣ ਤਾਣ ਕਰ ਦਿੰਦੇ, ਉਹਨਾਂ ਨੂੰ ਲੱਗਦਾ ਚਲ ਉਹ ਦਿਹਾੜੀ ਕਰਨ ਉਹ ਤਾਂ ਸੌਖਾ ਹੀ ਆ, ਪਰ ਇਹ ਗਾਇਕੀ ਆ ਜਿਹੜੀ ਇਹ ਬਕਾਇਦਾ ਸਿਖਲਾਈ ਮੰਗਦੀ ਆ, ਰਿਆਜ਼ ਮੰਗਦੀ ਆ। ਤੁਸੀਂ ਆਪਣੇ ਗਲ ਨੂੰ ਕਿੰਨਾ ਸੰਭਾਲ ਸਕਦੇ ਹੋ, ਤੁਸੀਂ ਸੰਗੀਤ ਵਿੱਚ ਆਪਣੀ ਸੁਰ ਆ ਜਿਹੜੀ ਉਹ ਸੰਗੀਤ ਨੂੰ ਕਿੰਨੀ ਕੁ ਉਹਦੇ ਨਾਲ ਰਲਾ ਕੇ ਲਾ ਸਕਦੇ ਹੋ। ਸੁਰ ਨੂੰ ਦੇਵਤਾ ਕਹਿੰਦੇ ਨੇ, ਬੇਸੁਰੇ ਨੂੰ ਰਾਖਸ਼ ਕਹਿੰਦੇ ਨੇ। ਜਿੰਨਾ ਦੇਵਤੇ ਅਤੇ ਰਾਖਸ਼ ਦਾ ਫਰਕ ਆ ਉਨਾ ਫਰਕ ਆ। ਇਹ ਦੂਜੀ ਗਾਇਕੀ ਵਿੱਚ ਵੀ ਉੱਧਰ ਵੀ ਬਸੁਰਾ ਪਾਣਾ ਆ ਗਿਆ, ਸਾਡੇ ਢਾਡੀਆਂ ਵਿੱਚ ਵੀ ਕੁਛ ਬੰਦੇ ਨੇ ਜਿਹੜੇ ਨਹੀਂ ਸਮਝ ਸਕਦੇ ਸੁਰ ਨੂੰ। ਸਮੇਂ ਦੇ ਨਾਲ ਸਾਡੀਆਂ ਪੰਥਕ ਕਹਾਉਣ ਵਾਲੀਆਂ ਸੰਸਥਾਵਾਂ ਨੇ ਵੀ ਢਾਡੀਆਂ 'ਤੇ ਕੋਈ ਬਹੁਤੀ ਗੌਰ ਨਹੀਂ ਕੀਤੀ, ਬਿਲਕੁਲ ਢਾਡੀਆਂ ਵੱਲ ਧਿਆਨ ਨਹੀਂ ਦਿੱਤਾ। ਬਜ਼ੁਰਗ ਢਾਡੀ ਜਿਹਨਾਂ ਨੇ ਸਾਰਾ ਜੀਵਨ ਢਾਡੀ ਕਲਾ ਲਈ ਲਾਤਾ, ਉਹ ਰੋਲ ਰੋਲ ਕੇ ਮਰ ਗਏ, ਕਿਉਂਕਿ ਉਦੋਂ ਇਕਨੋਮਿਕ ਪੱਖ ਤੋਂ ਢਾਡੀਆਂ ਨੂੰ ਇੰਨੇ ਪੈਸੇ ਨਹੀਂ ਸੀ ਦਿੱਤੇ ਜਾਂਦੇ। ਆਉਣ ਦੀ ਰਿਕਾਰਡ ਮੈਂ ਗੱਲ ਕਹਿ ਰਿਹਾ, ਅਸੀਂ ਜਦੋਂ 99-90 ਦੇ ਵਿੱਚ ਮੈਂ ਢਾਡੀ ਬਣਨਾ ਸ਼ੁਰੂ ਕੀਤਾ, ਅਸੀਂ ਆਲਮਗੀਰ ਸਾਹਿਬ ਜਾਣਾ ਗਾਉਣ, ਕਿਉਂਕਿ ਉਦੋਂ ਮੋਬਾਈਲ ਨਹੀਂ ਸੀ ਹੁੰਦੇ ਪ੍ਰੋਗਰਾਮ, ਲੋਕ ਆਲਮਗੀਰ ਸੁਣ, ਆਲਮਗੀਰ ਸਾਹਿਬ ਦਸਵੇਂ ਪਾਤਸ਼ਾਹ ਦੇ ਸਥਾਨ 'ਤੇ ਲੋਕ ਆਉਂਦੇ ਸੀ, ਐਤਵਾਰ ਦਾ ਦੀਵਾਨ ਹੁੰਦਾ, ਸਾਨੂੰ ਚਾਰ ਜਾਣਿਆਂ ਨੂੰ ਕਈ ਵਾਰੀ 31 ਰੁਪਈਏ ਦਿੰਦੇ ਸੀ, ਸਟੇਜ ਦਾ ਜਿਹੜਾ ਨਾਮ ਆ ਕੋਈ ਨਹੀਂ ਦੇਣਾ।
ਸਾਡੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਮੈਂ ਨੁਕਤਾਚੀਨੀ ਨਹੀਂ ਕਰ ਰਿਹਾ, ਮੈਂ ਤੁਹਾਨੂੰ ਅਸਲੀਅਤ ਦਿਖਾ ਰਿਹਾ। 31 ਰੁਪਈਏ ਚਾਰ ਬੰਦਿਆਂ ਨੂੰ, ਜਦਕਿ ਮੇਰੇ ਪਿੰਡੋਂ ਜੇ ਤੁਸੀਂ ਬੱਸ ਚੜ੍ਹ ਕੇ ਜਾਣਾ ਤਾਂ ਉਦੋਂ ਮਤਲਬ 20 ਰੁਪਈਏ 25 ਰੁਪਈਏ ਕਿਰਾਇਆ ਲੱਗਦਾ ਸੀ ਮੇਰੇ ਪਿੰਡੋਂ ਇੱਕ ਬੰਦੇ ਦਾ। ਕੋਈ ਕਿਤੋਂ ਚੱਲ ਕੇ ਆਉਂਦਾ ਸੀ, ਕੋਈ ਕਿਤੋਂ, ਮਤਲਬ 31, 41, 51। ਕਈ ਵਿਦਵਾਨਾਂ ਦਾ ਮੰਨਣਾ ਹੈ ਕਿ ਜਾਤ ਪਾਤ ਦਾ ਬੋਲਬਾਲਾ ਇਸ ਕਲਾ 'ਚ ਵੀ ਵੇਖਣ ਨੂੰ ਮਿਲਿਆ ਅਤੇ ਅਮੀਰ ਘਰਾਣਿਆਂ ਨੇ ਆਪਣੇ ਬੱਚਿਆਂ ਨੂੰ ਇਸ ਖਿੱਤੇ 'ਚ ਆਉਣ ਤੋਂ ਵਰਜਿਆ ਵੀ। ਪ੍ਰਬੰਧਕ ਜਿਹੜੇ ਸਾਡੇ ਰਹੇ ਉਹ ਸਾਡੇ 'ਚ ਮਤਲਬ ਥੋੜ੍ਹੇ ਲੋਕਾਂ ਦੇ ਵਿੱਚ ਜਾਤ ਪਾਤ ਦੀ ਬਰਾਦਰੀ ਦਾ ਜ਼ਿਆਦਾ ਰਿਹਾ। ਮੈਂ ਦੁਖੀ ਹਿਰਦੇ ਨਾਲ ਗੱਲ ਕਹਿੰਦਾ ਵੀ ਸਾਡਾ ਪ੍ਰਚਾਰਕ ਬਹੁਤ ਗਰੀਬ ਸ਼੍ਰੇਣੀ ਵਿੱਚੋਂ ਆਇਆ, ਅਮੀਰ ਘਰਾਂ ਦੇ ਬੰਦਿਆਂ ਨੇ ਆਪਣੇ ਬੱਚੇ ਨੂੰ ਇਸ ਲਾਈਨ ਵਿੱਚ ਨਹੀਂ ਪਾਇਆ। ਉਹ ਕਹਿੰਦੇ ਸੀ ਵੀ ਇਹ ਕੰਮ ਤਾਂ ਇਹਨਾਂ ਲੋਕਾਂ ਦਾ, ਤੇਰਾ ਥੋੜ੍ਹੀ ਆ। ਮੇਰੇ ਘਰ ਵਿੱਚ ਵੀ ਇੱਦਾਂ ਦੀ ਗੱਲ ਹੋਈ ਜਦੋਂ ਮੈਂ ਬਣਨਾ ਸ਼ੁਰੂ ਕੀਤਾ ਅਤੇ ਮੇਰੀ ਭੈਣ ਮੈਨੂੰ ਇੱਕ ਕਹਿੰਦੀ ਵੀ ਤੂੰ ਕੀ ਕਰਨ ਲੱਗਿਆ, ਇਹ ਕੀ ਕਰਨ ਲੱਗਿਆ। ਲੇਕਿਨ ਮੇਰਾ ਨਾਮ ਬਣਨ ਤੋਂ ਬਾਅਦ ਉਹ ਭੈਣ ਨੂੰ ਫਿਰ ਹੁਣ ਚੰਗਾ ਲੱਗਦਾ ਮੇਰੀ ਨੂੰ, ਮੇਰੇ ਆਪਣੇ ਨਾਲ, ਮੈਂ ਇਹਨੂੰ ਇੰਡੀਵਿਜੁਅਲ ਮੰਨਦਾ। ਕਿਉਂਕਿ ਸਾਡੇ ਜਿਹੜੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਸੀ ਜਾਂ ਜ਼ਿੰਮੇਵਾਰ ਬੰਦੇ ਸੀ, ਆਪਾਂ ਕਿਸੇ ਸੰਸਥਾ ਦਾ ਨਾਂ ਨਹੀਂ ਲੈਂਦੇ ਕਿਉਂਕਿ ਸੰਸਥਾ ਦਾ ਨਾਂ ਲੈਣ ਨਾਲ ਲੋਕਾਂ ਨੂੰ ਐਂ ਲੱਗਦਾ ਵੀ ਨੁਕਤਾਚੀ ਨਹੀਂ ਕਰਦਾ। ਹੁਣ ਤੁਹਾਨੂੰ ਅਸੀਂ ਉਹ ਵਾਰਾਂ ਸੁਣਾਉਂਦੇ ਹਾਂ ਜੋ ਢਾਡੀ ਨੱਥਾ ਅਤੇ ਅਬਦੁੱਲਾ ਨੇ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਦੇ ਸਨਮੁੱਖ ਖਲੋ ਕੇ ਉਹਨਾਂ ਦੀ ਸਿਫਤ ਦੇ ਵਿੱਚ ਗਾਈਆਂ ਸਨ। ਸਰਦਾਰ ਪਰਮਜੀਤ ਸਿੰਘ ਜੀ, ਪਹਿਲਾਂ ਤਾਂ ਮੈਂ ਤੁਹਾਡਾ ਧੰਨਵਾਦ ਕਰਦਾ ਵੀ ਤੁਸੀਂ ABP ਸਾਂਝਾ TV ਦੇ ਮਾਧਿਅਮ ਰਾਹੀਂ ਢਾਡੀ ਕਲਾ ਦਾ ਜਿਹੜਾ ਵਿਰਾਸਤੀ ਪੱਖ ਆ ਉਹ ਸਾਰੇ ਦਰਸ਼ਕਾਂ ਦੇ ਸਨਮੁੱਖ ਕਰ ਰਹੇ ਹੋ। ਭਾਈ ਨੱਥਾ ਜੀ, ਭਾਈ ਅਬਦੁੱਲਾ ਜੀ ਮੇਰੀ ਕੌਮ ਦੇ ਉਹ ਢਾਡੀ ਨੇ ਜਿਨ੍ਹਾਂ ਨੂੰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਆਪਣੇ ਦਰਬਾਰ ਵਿੱਚ ਸੱਦਿਆ ਅਤੇ ਬਹੁਤ ਮਾਣ ਸਨਮਾਨ ਉਹਨਾਂ ਦੀ ਝੋਲੀ ਵਿੱਚ ਪਾਇਆ। ਉਹਨਾਂ ਨੇ ਜਿਹੜੀਆਂ ਢਾਡੀ ਵਾਰਾਂ ਗਾਈਆਂ ਉਹਨਾਂ ਦੀ ਗਿਣਤੀ ਤਾਂ ਬਹੁਤ ਆ, ਪਰ ਇਸ ਸਮੇਂ ਸਾਡੇ ਕੋਲ ਕੇਵਲ 2 ਵਾਰਾਂ ਨੇ ਜਿਹੜੀਆਂ ਉਹ ਉਪਲਬਧ ਨੇ। ਉਹੀ ਵਾਰਾਂ ਉਹਨਾਂ ਨੇ ਕਿਸ ਸ਼ੈਲੀ ਵਿੱਚ ਗਾਈਆਂ ਉਹ ਸ਼ੈਲੀ ਤਾਂ ਸਾਡੇ ਕੋਲ ਨਹੀਂ ਪਹੁੰਚ ਸਕੀ ਕਿਉਂਕਿ ਸੀਨਾ ਬਸੀਨਾ ਸਾਡੇ ਕੋਲ ਆਉਣੀ ਸੀ। ਉਹ ਸਦੀ ਤੋਂ ਬਾਅਦ ਸਾਡੇ ਕੋਲ ਉਸ ਤਰ੍ਹਾਂ ਤਾਂ ਨਹੀਂ ਆਈ, ਪਰ ਮੇਰੇ ਜੀਵਨ ਵਿੱਚ ਮੈਂ ਜਿਵੇਂ ਢਾਡੀਆਂ ਨੂੰ, ਪੁਰਾਤਨ ਢਾਡੀਆਂ ਨੂੰ, ਮੈਂ ਤੋਂ ਪਹਿਲੀ ਪੀੜ੍ਹੀ ਦੇ ਢਾਡੀਆਂ ਨੂੰ ਗਾਇਨ ਕਰਦਿਆਂ ਸੁਣਿਆ, ਭਾਵੇਂ ਉਹ ਵਾਰਾਂ ਨਹੀਂ ਗਾਇਨ ਕੀਤੀਆਂ, ਪਰ ਜਿਨ੍ਹਾਂ ਨੂੰ ਸਾਡਾ ਪੁਰਾਤਨ ਸ਼ੈਲੀ ਵਾਲਾ ਪੱਖ ਕਿਹਾ ਜਾਂਦਾ, ਮੈਂ ਆਪਣੇ ਢਾਡੀ ਸਾਥੀਆਂ ਕੋਲੋਂ ਉਹ ਦੋਨੋਂ ਵਾਰਾਂ ਜੋ ਸਾਡੇ ਕੋਲ ਉਪਲਬਧ ਨੇ ਤੁਹਾਨੂੰ ਸਰਵਣ ਕਰਾਉਣ ਲੱਗਾ ਅਤੇ ਤੁਹਾਡੇ ਦਰਸ਼ਕਾਂ ਨੂੰ ਸਰਵਣ ਕਰਾਉਣ ਲੱਗਾ। ਭਾਈ ਨੱਥਾ ਜੀ ਅਤੇ ਭਾਈ ਅਬਦੁੱਲਾ ਜੀ ਨੇ ਜਿਹੜੀਆਂ 2 ਵਾਰਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਸਿਫਤ ਤੋਂ ਸਲਾਹ ਵਿੱਚ ਉਚਾਰਨ ਕੀਤੀਆਂ, ਲਿਖੀਆਂ, ਗਾਈਆਂ, ਉਹ ਵਾਰਾਂ ਦਾ ਆਪ ਦੇ ਸਾਹਮਣੇ ਗਾਇਨ ਕਰਕੇ ਜਿਹੜਾ ਪੱਖ ਹੈ, ਮੇਰੇ ਢਾਡੀ ਸਾਥੀ ਭਾਈ ਹਰਦੀਪ ਸਿੰਘ ਖਹਿਰਾ ਗਿੱਦੜਵਿੰਡੀ, ਦੂਸਰੇ ਢਾਡੀ ਸਾਥੀ ਭਾਈ ਬੂਟਾ ਸਿੰਘ ਭਾਈ ਰੂਪਾ ਅਤੇ ਸਰੰਗੀ ਮਾਸਟਰ ਭਾਈ ਸਤਨਾਮ ਸਿੰਘ ਲਾਲੀ ਵੀਲਾ ਆਪ ਦੇ ਚੈਨਲ ਦੇ ਦਰਸ਼ਕਾਂ ਦੇ ਸਾਹਮਣੇ ਕਿਉਂ ਪੇਸ਼ ਕਰ।
ਕਹੇ ਬਨਾਇ ਕਹੇ ਮੀਰ ਅਬਦੁਲ ਯੋਨਤਾ ਜਸ ਕਹੇ ਬਨਾਇ ਕਹੇ अज के विरासतनामा च असी तुहानूं पंजाब दी बहुत ही अमीर विरासत ढाडी कला तो जाणू करवाया। तुहाडे ज़हन दे विच भी किसी तरह का सवाल है तो तुसीं सानूं हेठ लिखी मेल ते संपर्क कर सकते हो। अगली बार किसी नवी शख्सियत नवे थां ते नवे विषय दे नाल तुहाडे रूबरू होवांगे। उदों तक मैनूं परमजीत सिंह नूं दिओ इजाजत। देश दुनिया दीआं वड्डीआं खबरां लई तुसीं इसे तरह बने रहो ABP सांझा दे नाल। धन्नवाद।